जिन्ना नू मेरी हसल पताया ना आनी मुड़ के लाया ही जाके कनेडा कुकर दे मैं उतो ही मुड़ के आया। सत श्री अकाल जी सारयां नू, आस करदे आं तुसी सारे जाने बहुत घैंट होवोगे। मेरे वालों भी सत श्री अकाल सारयां नू, ते आई होप ते सारे जाने बहुत वधिया होवोगे। सब तो पहला बहुत ज्यादा थैंक यू इन्ना ज्यादा प्यार देण लई ते इन्नियां ज्यादा ब्लैसिंग्स देण लई। तुहाडियां ब्लैसिंग करके अज फिर तो असीं तुहाडे नाल इकट्ठे होए आ। ते दूजे नंबर ते गल आपां इह कहांगे कि जिहड़ा ना आपां पूरा रिलैक्स हो के, ठीक है, थैंक यू वो तुम कोऑपरेट किया, इन्ना टाइम वेट किया है ना, तो मतलब जो तो हम इस टाइम पूरा हालत भी नहीं सी कि आपां कैमरे अगे आके बोलीए, ते ना ही हजे इन्नी बॉडी दे विच कैपेसिटी सीगी कि इन्ना टाइम बैठ सकीए। बट हुण वाहिगुरु की कृपा नाल सारा कुछ ठीक आ ते वधिया मैं बैठ उठ सकदी आ। सो आपां सोचिया कि तुहानूं बहुत बहुत सारे मतलब बंदे नाराज भी हो रहे, दस नहीं रहे, व्यू ले रहे हो, ਇੱਦਾਂ ਨਹੀਂ ਹੁੰਦਾ। ਜੇ ਵਿਊ ਲੈਣੇ ਹੁੰਦੇ ਅਸੀਂ ਵਲੌਗ ਲਗਾਤਾਰ ਕੰਟੀਨਿਊ ਪਾਉਂਦੇ, ਪਰ ਸਿਚੁਏਸ਼ਨ ਫੈਮਿਲੀ ਦੀ ਹੈ ਨਾ, ਸਾਨੂੰ ਪਤਾ ਸਿਚੁਏਸ਼ਨ ਜੋਤ ਦੀ ਕੀ ਸੀਗੀ। ਮੈਂ ਚੰਗਾ ਨਹੀਂ ਲੱਗਦਾ ਕਿ ਜੋਤ ਇੱਥੇ ਦਰਦ 'ਚ ਪਈ ਹੋਵੇ ਬੈੱਡ 'ਤੇ ਹੈ ਨਾ, ਅਤੇ ਮੈਂ ਇੱਦਾਂ ਕੈਮਰਾ ਚੱਕ ਕੇ ਵਲੌਗ ਬਣਾਈ ਜਾਵਾਂ। ਉਹ ਟਾਈਮ ਹੁੰਦਾ ਕਿ ਹਸਬੈਂਡ ਦਾ ਵਾਈਫ ਨੂੰ ਇੱਕ ਸਟਰੈਂਥ ਦੇਣੀ ਕਿ ਉਹਦੇ ਨਾਲ ਆ ਮੈਂ ਇੱਥੇ ਬੈਠਾ ਮੋਬਾਈਲ ਚਲਾਈ ਜਾਵਾਂ। ਮੈਂ ਚਲੋ ਇਹ ਨਹੀਂ ਕਹਿੰਦਾ ਕਿ ਮੋਬਾਈਲ ਨਹੀਂ ਚਲਾਉਂਦਾ, ਪਰ ਪਹਿਲਾਂ ਨਾਲੋਂ ਕਾਫੀ ਘੱਟ ਕੀਤਾ ਆ, ਠੀਕ ਹੈ। ਅਤੇ ਜੇ ਮੈਂ ਹੁਣ ਇੱਥੇ ਜੋਤ ਦੇ ਦਰਦ ਹੋ ਰਿਹਾ ਹੋਵੇ ਜਾਂ ਕੋਈ ਨਹੀਂ ਵਧੀਆ ਫੀਲਿੰਗ ਹੁੰਦੀ ਹੈ ਨਾ, ਤਕਲੀਫ ਹੁੰਦੀ ਹੈ, ਅਤੇ ਮੈਂ ਇੱਥੇ ਕੈਮਰਾ ਲੈ ਕੇ ਬੈਠਾ ਹਾਂ ਕਿ ਜੋਤ ਨਹੀਂ ਬੋਲ, ਇੱਧਰ ਬੋਲ, ਇੱਧਰ ਮੂੰਹ ਕਰ, ਇੱਧਰ ਐਂ ਕਰ, ਉਹ ਚੰਗੀ ਨਹੀਂ ਲੱਗਦੀ। ਕਿਉਂਕਿ ਸਿਚੁਏਸ਼ਨ ਇੱਦਾਂ ਦੀ ਹੁੰਦੀ ਆ, ਕਿੰਨੇ ਸਾਰੇ ਇੰਜੈਕਸ਼ਨ ਲੱਗੇ ਹੁੰਦੇ ਆ, ਕਿੰਨੀ ਪੇਨ ਹੁੰਦੀ ਆ, ਹੈ ਨਾ, ਤੁਸੀਂ ਸਮਝ ਸਕਦੇ ਆ। ਲੇਡੀਜ਼ 'ਚ ਖਾਸ ਕਰਕੇ ਉਹ ਚੀਜ਼ ਨੂੰ ਸਮਝ ਸਕਦੇ ਆ, ਹੈ ਨਾ। ਵੀ ਬਾਕੀ ਮਹਿਕਦੀਪ ਵੀ ਇੱਦਾਂ ਸੀਗੇ ਕਿ ਪੂਰੀ ਤਰ੍ਹਾਂ ਪ੍ਰੋਪਰ ਨੀਂਦ ਨਹੀਂ ਸੀਗੀ, ਕਿਉਂਕਿ ਹੋਸਪਿਟਲ 'ਚ ਤੁਹਾਨੂੰ ਪਤਾ ਆ, ਹੈ ਨਾ, ਇਹ ਘਰ ਜਾਣਾ ਪੈਂਦਾ ਸੀ, ਆਉਣਾ ਪੈਂਦਾ ਸੀਗਾ, ਇਹਨਾਂ ਦੀ ਨੀਂਦ ਵੀ ਨਹੀਂ ਪੂਰੀ ਸੀਗੀ। ਤਾਂ ਕੈਮਰਾ ਉੱਦਾਂ ਵੀ ਚੱਕਣ ਨੂੰ ਜੀ ਨਹੀਂ ਕਰਦਾ। ਜਦੋਂ ਬੰਦਾ ਪੂਰੀ ਤਰ੍ਹਾਂ ਠੀਕ ਨਾ ਹੋਵੇ ਜਾਂ ਪੂਰੀ ਤਰ੍ਹਾਂ ਮੈਂਟਲੀ ਤੌਰ 'ਤੇ ਸਟ੍ਰੈਸ ਨਾ ਹੋਵੇ, ਹੈ ਨਾ, ਕਿਉਂਕਿ ਹੋਸਪਿਟਲ ਦੇ ਵਿੱਚ ਸਟ੍ਰੈਸ ਹੁੰਦਾ, ਕਿਹੜੇ ਵੇਲੇ ਕਿਹੜੀ ਦਵਾਈ ਉਹਨਾਂ ਨੇ ਕਹਿ ਦੇਣੀ ਲਿਆਉਣੀ ਪੈਂਦੀ ਸੀ। ਸੋ ਉੱਥੇ ਮਹਿਕਦੀਪ ਹੁੰਦੇ ਸੀਗੇ ਸਾਡੇ ਨਾਲ, ਤਾਂ ਕਰਕੇ ਆਪਾਂ ਇੰਨਾ ਸ਼ੂਟ ਨਹੀਂ ਕੀਤਾ। ਵੈਸੇ ਵੀ ਚੰਗਾ ਨਹੀਂ ਲੱਗਦਾ ਹੋਸਪਿਟਲ ਦੇ ਵਿੱਚ। ਹਾਂ, ਜਿਹੜੀਆਂ ਜਿਹੜੀਆਂ ਸਪੈਸ਼ਲ ਮੂਵਮੈਂਟ ਸੀਗੀਆਂ ਜਿੱਦਾਂ ਤੁਸੀਂ ਦੇਖੀਆਂ ਲਾਸਟ ਵਲੌਗ ਦੇ ਵਿੱਚ, ਉਹ ਮਹਿਕਦੀਪ ਨੇ ਸ਼ੂਟ ਕਰ ਲਈਆਂ ਸੀ, ਜਾਂ ਕੋਈ ਹੋਰ ਕੋਈ ਹੁੰਦਾ ਸੀ, ਮੇਰਾ ਬ੍ਰਦਰ ਹੁੰਦਾ ਸੀ ਜਾਂ ਮਹਿਕਦੀਪ ਦੇ ਸਿਸਟਰ ਹੁੰਦੇ ਸੀ, ਤਾਂ ਉਹ ਕੈਮਰਾ ਚੱਕ ਕੇ ਸ਼ੂਟ ਕਰ ਲੈਂਦੇ ਸੀਗੇ। ਸੋ ਆਪਾਂ ਇਹੀ ਸੀਗਾ ਕਿ ਆਪਣਾ ਪਹਿਲਾਂ ਹੀ ਤੁਹਾਨੂੰ ਜੋ ਪਹਿਲਾਂ ਹੀ ਦੱਸਿਆ ਸੀ ਕਿ ਆਪਾਂ ਆਪਣਾ ਕਲਚਰ ਨਹੀਂ ਇਹ ਚੀਜ਼ ਅਲਾਓ ਕਰਦਾ। ਦੂਜੇ ਨੰਬਰ 'ਤੇ ਆਪਾਂ ਜਿਹੜੀ ਹੈ ਇਹ ਚੀਜ਼ਾਂ ਚੰਗੇ ਨਹੀਂ ਲੱਗਦੇ। ਸੋ ਕੁਛ ਪ੍ਰਾਈਵੇਸੀ ਪ੍ਰਾਈਵੇਟ ਮੂਮੈਂਟਸ ਹੁੰਦੀਆਂ, ਠੀਕ ਹੈ। ਅਤੇ ਜਿਹੜੀ ਆਪਾਂ ਤੁਹਾਡੇ ਨਾਲ ਗੱਲ ਵਾਅਦਾ ਕੀਤਾ ਸੀ ਵੀ 1 ਤਰੀਕ ਤੋਂ ਦੁਬਾਰਾ ਵਲੌਗਿੰਗ ਕੰਟੀਨਿਊ ਕਰਾਂਗੇ, ਅਤੇ ਹੁਣ ਤੁਹਾਨੂੰ ਇਸ ਵਲੌਗਾਂ ਦੇ ਵਿੱਚ, ਹੈ ਨਾ, ਬੱਚੇ ਦੀਆਂ ਕਿਲਕਾਰੀਆਂ, ਠੀਕ ਹੈ, ਰੋਣ ਦੀ ਆਵਾਜ਼, ਹੱਸਣ ਦੀ, ਚਲੋ ਹਜੇ ਥੋੜ੍ਹਾ ਟਾਈਮ ਠਹਿਰ ਕੇ, ਅਤੇ ਉਹਦੀਆਂ ਸਪੈਸ਼ਲ ਮੂਮੈਂਟਸ ਦੇਖਣ ਨੂੰ ਮਿਲਿਆ ਕਰਨੀਆਂ। ਜੇ ਅਸੀਂ ਕਹੀਏ ਕਿ ਉਹਦੀ ਆਉਣ ਦੇ ਨਾਲ ਕੀ ਬਦਲਿਆ, ਉਹਦੇ ਆਉਣ ਦੇ ਨਾਲ ਸਾਡੀ ਜ਼ਿੰਦਗੀ ਪੂਰੀ ਟੋਟਲੀ ਬਦਲ ਗਈ। ਇੰਨੇ ਖੁਸ਼ ਰਹਿਣ ਲੱਗ ਪਏ ਹਾਂ, ਕਿੰਨੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣ ਲੱਗ ਪਿਆ। ਉਹਦੇ ਰੋਣ 'ਤੇ ਇੱਕਦਮ ਹੀ ਉੱਠ ਜਾਣਾ, ਪਹਿਲਾਂ 9-9 ਵਜੇ ਤੱਕ, 8-8 ਵਜੇ ਤੱਕ ਉੱਠਦੇ ਨਹੀਂ ਸੀ। ਹੁਣ ਨੀਂਦ ਨੂੰ ਲੱਗਦਾ ਹੀ ਨਹੀਂ ਵੀ 2 ਘੰਟੇ 3 ਵੀ, ਮਤਲਬ ਭਾਵੇਂ 2 ਘੰਟੇ ਸੋਈਏ 3 ਸੋਈਏ, ਉਹਦੀ ਆਵਾਜ਼ ਨਾ ਇੱਦਾਂ ਹੁੰਦਾ ਵੀ ਹਾਂ ਰੋ ਪਿਆ ਕਾਕਾ, ਜਲਦੀ ਜਲਦੀ ਉੱਠੋ, ਜਲਦੀ ਜਲਦੀ ਉਹਨੂੰ ਦੇਖੋ, ਉਹਨੂੰ ਫੀਡ ਦਿਓ। ਬਹੁਤ ਚੀਜ਼ਾਂ ਬਦਲ ਗਈਆਂ ਲਾਈਫ ਦੇ ਵਿੱਚ, ਅਤੇ ਇੱਕ ਸਕੂਨ ਜਿਹਾ ਹੋ ਗਿਆ ਜ਼ਿੰਦਗੀ ਦੇ ਵਿੱਚ ਵੀ ਹਾਂ ਹੁਣ ਇਸ ਤੋਂ ਬਾਅਦ ਕਿਸੇ ਚੀਜ਼ ਦੀ ਭੁੱਖ ਨਹੀਂ ਹੈਗੀ, ਹੋਰ ਕੁਛ ਨਹੀਂ ਚਾਹੀਦਾ। ਇਸ ਤੋਂ ਬਾਅਦ ਆਪਾਂ ਹੁਣ ਜਿਹੜਾ ਜੈਂਡਰ ਰਿਵੀਲ ਕਰਨ ਤੋਂ ਪਹਿਲਾਂ ਮੈਂ ਥੋੜ੍ਹੇ 2-3 ਮਿੰਟ ਦਾ ਸਮਾਂ ਲਊਗਾ ਕਿ ਆਪਣੇ ਨਾ ਥੋੜ੍ਹੀ ਸਮਾਜ ਬਾਰੇ ਗੱਲ ਕਰੂੰਗਾ ਕਿ ਆਪਣੇ ਸਮਾਜ ਦਾ ਜਿਹੜਾ ਜਿਸ ਸਮਾਜ 'ਚ ਆਪਾਂ ਰਹਿੰਦੇ ਹਾਂ, ਹੈ ਨਾ,
ਅੱਜ ਵੀ ਬੇਸ਼ੱਕ ਇੱਥੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਜੇ 21ਵੀਂ ਸਦੀ ਆ ਇੱਥੇ ਆਏ ਹਾਂ ਇੱਥੇ ਜਾਊਂਗਾ ਪਰ ਯਾਰ ਅੱਜ ਵੀ ਨਾ ਸਮਾਜ ਦੇ ਵਿੱਚ ਬਹੁਤ ਭੈੜਾ ਚਿਹਰਾ ਹੈਗਾ ਹੈ ਹਜੇ ਕਿ ਜਿਵੇਂ ਬੱਚਾ ਹੋਣ ਵਾਲਾ ਹੁੰਦਾ ਹੈ ਜਦੋਂ ਹੈ ਨਾ ਤਾਂ ਤਕਰੀਬਨ ਸਾਰਿਆਂ ਨੂੰ ਮਤਲਬ ਜਿਵੇਂ ਲਾ ਲਓ ਕਿ ਏ ਟੂ ਜੈਡ ਵੱਢਿਓ ਰਿਸ਼ਤੇਦਾਰ ਜਿੰਨੇ ਵੀ ਹੁੰਦੇ ਆ ਨਾ ਸਾਰਿਆਂ ਨੂੰ ਇੱਦਾਂ ਹੁੰਦਾ ਕਿ ਬਸ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਆਸਾਂ ਜਾਂ ਖੁਸ਼ੀ ਹੁੰਦੀ ਹੈ ਨਾ ਬਟ ਬੱਚਾ ਹੋਣ ਤੋਂ ਬਾਅਦ ਹੈ ਨਾ ਜੇ ਤਾਂ ਹੋ ਜੇ ਮੁੰਡਾ ਫਿਰ ਤਾਂ ਇੱਕ ਵੱਢਿਓ ਲੈ ਕੇ ਖੁਸ਼ੀ ਹੋ ਜਾਂਦੀ ਆ ਤਿੰਨ ਗੁਣਾ ਜ਼ਿਆਦਾ ਜੇ ਹੋ ਜੇ ਕੁੜੀ ਫਿਰ ਉਹੀ ਖੁਸ਼ੀ ਜਿਹੜੀ ਬੱਚਾ ਹੋਣ ਤੋਂ ਪਹਿਲਾਂ ਹੁੰਦੀ ਹੈ ਉਹੀ ਖੁਸ਼ੀ ਤੀਜਾ ਹਿੱਸਾ ਹੀ ਰਹਿ ਜਾਂਦੀ ਹੈ ਇਹ ਚੀਜ਼ ਦੀ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਕਿਉਂ ਆ ਸਾਡੇ ਸਮਾਜ 'ਚ ਜੇਕਰ ਮੁੰਡਾ ਹੋ ਜਾਂਦਾ ਤਾਂ ਵਧਾਈਆਂ ਜੇ ਕੁੜੀ ਹੋ ਜਾਂਦੀ ਆ ਫਿਰ ਤਾਂ ਚਲੋ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਮੈਨੂੰ ਇਸ ਸ਼ਬਦ ਤੋਂ ਬਹੁਤ ਨਫ਼ਰਤ ਆ ਵੀ ਚਲੋ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇਹ ਚੀਜ਼ਾਂ ਪਤਾ ਨਹੀਂ ਕਦੋਂ ਖਤਮ ਹੋਣਗੀਆਂ ਉੱਦਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਪੜ੍ਹੇ ਲਿਖੇ ਹਾਂ ਅਸੀਂ ਫਰਕ ਨਹੀਂ ਕਰਦੇ ਬਟ ਕਿਤੇ ਨਾ ਕਿਤੇ ਹਜੇ ਵੀ ਸਾਡੇ ਸਮਾਜ ਵਿੱਚ ਇਹਨਾਂ ਚੀਜ਼ਾਂ ਵਿੱਚ ਬਹੁਤ ਫਰਕ ਕੀਤਾ ਜਾਂਦਾ ਦੂਜੇ ਇੱਕ ਹੋਰ ਗੱਲ ਕਿ ਜਿਹੜਾ ਨਾ ਇਹ ਕਹਿਣਾ ਕਿ ਚਲੋ ਕੋਈ ਨਹੀਂ ਗਾਂਹ ਨੂੰ ਸਹੀ ਠੀਕ ਹੈ ਤਾਂ ਇਹਦਾ ਮਤਲਬ ਇਹ ਹੁੰਦਾ ਵੀ ਕਿਤੇ ਨਾ ਕਿਤੇ ਅਸੀਂ ਬੱਚਿਆਂ 'ਚ ਫਰਕ ਕਰਦੇ ਹਾਂ ਮੁੰਡੇ ਅਤੇ ਕੁੜੀ ਦੇ ਵਿੱਚ ਅੱਜ ਵੀ ਬੇਸ਼ੱਕ ਅਸੀਂ ਕਈ ਜਾਈਏ ਭਾਵੇਂ ਕਿ ਨਾ ਮੈਂ ਇਹ ਦੇਖਿਆ ਕਿ ਚਲੋ ਬੰਦੇ ਵੀ ਹੁੰਦੇ ਆ ਠੀਕ ਹੈ ਬਟ ਔਰਤਾਂ ਜ਼ਿਆਦਾ ਕਰਦੀਆਂ ਜਦਕਿ ਉਹ ਖੁਦ ਔਰਤ ਹੁੰਦੀ ਅਤੇ ਇਹ ਚੀਜ਼ ਬੜੀ ਮੈਨੂੰ ਭੈੜੀ ਲੱਗਦੀ ਹੈ ਸਮਾਜ ਦੀ ਕਿ ਜੋ ਮੁੰਡਾ ਹੋ ਜਾਵੇ ਨਾ ਜਦੋਂ ਮੁੰਡਾ ਹੁੰਦਾ ਫਿਰ ਅਗਲੇ ਦੇ ਗੱਲ 'ਚ ਅੰਗੂਠਾ ਦੇ ਕੇ ਭਾਵੇਂ ਜੇ ਅਗਲੇ ਕੋਲ ਪੈਸੇ ਹੈਗੇ ਆ ਨਹੀਂ ਹੈਗੇ ਫਿਰ ਗੱਲ 'ਚ ਅੰਗੂਠਾ ਦੇ ਕੇ ਪਾਰਟੀ ਲੈਣੀ ਵੀ ਬਈ ਪਾਰਟੀ ਦੇ ਜੇ ਕੁੜੀ ਹੋ ਜੇ ਭਾਵੇਂ ਦੀ ਅਗਲੇ ਦੀ 50 ਰੁਪਈਆਂ ਨਾ ਭਰੀ ਹੈ ਫਿਰ ਫਿਰ ਉਹਨੂੰ ਡੱਬਾ ਵੀ ਨਹੀਂ ਆਉਂਦੇ ਵੀ ਸਾਨੂੰ ਮਿੱਠਾ ਖਵਾ ਕੀ ਗੱਲ ਯਾਰ ਕਿਉਂ ਫਰਕ ਕਰਦੇ ਬਾਬੇ ਨਾਨਕ ਨੇ ਜਦੋਂ ਕਿਹਾ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾ ਠੀਕ ਹੈ ਇੱਕ ਔਰਤ ਨੇ ਰਾਜੇ ਰਾਣੇ ਜੰਮੇ ਠੀਕ ਹੈ ਐਡੇ ਐਡੇ ਮਹਾਂਬਲੀ ਜੰਮੇ ਠੀਕ ਹੈ ਜੰਮੇ ਤਾਂ ਔਰਤ ਦੀ ਕੁੱਖ 'ਚੋਂ ਅਤੇ ਅਸੀਂ ਅੱਜ ਵੀ ਕਿੱਥੇ ਖੜ੍ਹੇ ਹਾਂ ਕਿੱਥੇ ਨਹੀਂ ਪਹੁੰਚੀਆਂ ਔਰਤਾਂ ਕਲਪਨਾ ਚਾਵਲਾ ਕਿੱਥੋਂ ਤੱਕ ਪਲਾੜ ਦੀ ਮੈਂ ਸਾਇੰਸ ਵਾਲੇ ਪਾਸੇ ਜਾਵਾਂ ਤਾਂ ਕਲਪਨਾ ਚਾਵਲਾ ਪਲਾੜ ਦੀ ਯਾਤਰਾ ਤੱਕ ਪਹਿਲੀ ਕੁੜੀ ਇੰਡੀਆ ਦੀ ਸੀ ਠੀਕ ਹੈ ਇਹ ਨਵੇਂ ਦੀ ਗੱਲ ਕਰਨਾ ਸਾਡੇ ਇਤਿਹਾਸ ਦੇ ਵਿੱਚ ਦੇਖ ਲਓ ਮਾਈ ਭਾਗੋ ਵਰਗੀਆਂ ਕਿੱਡੀਆਂ ਕਿੱਡੀਆਂ ਛੇਣੀਆਂ ਯੋਧੇ ਹੋਏ ਨੇ ਐਡੀਆਂ ਐਡੀਆਂ ਜੰਗਾਂ ਲੜੀਆਂ ਮਹਾਰਾਣੀ ਜਿੰਦ ਕੌਰ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਆਖਰੀ ਪੰਜਾਬ ਦੀ ਮਹਾਰਾਣੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਘਰ ਵਾਲੀ ਕਿੱਡੀ ਜਿਗਰੇ ਵਾਲੀ ਔਰਤ ਸੀ ਉਹ ਕਿੰਨੀ ਉਹਦੇ ਰੁਤਬਾ ਹੈ ਇਤਿਹਾਸ ਦੇ ਵਿੱਚ ਹੋਰ ਕਿੰਨੀਆਂ ਬੀਬੀਆਂ ਸਾਡੀ ਚੜ੍ਹਦੀ ਕਲਾ ਵਾਲੀਆਂ ਅਤੇ ਅਸੀਂ ਸਮਾਜ ਦੇ ਵਿੱਚ ਅੱਜ ਵੀ ਕਿੰਨਾ ਫਰਕ ਕਰਦੇ ਹਾਂ ਕਮੈਂਟ ਵੀ 2000 ਕਮੈਂਟ ਵੀ ਇੱਦਾਂ ਦੇ ਆਏ ਆ ਜਿਨ੍ਹਾਂ ਨੂੰ ਹਜੇ ਤੱਕ ਪਤਾ ਹੀ ਨਹੀਂ ਵੀ ਬੇਬੀ ਬੋਆਏ ਆ ਜਾਂ ਬੇਬੀ ਗਰਲ ਆ ਉਹਨਾਂ ਦੀ ਵੀ ਮੈਂਟੈਲਿਟੀ ਦੇਖ ਕੇ ਸਾਨੂੰ ਬੜਾ ਫੀਲ ਹੋਇਆ ਕਿ ਪਹਿਲੀ ਗੱਲ ਤਾਂ ਤੁਹਾਨੂੰ ਹਜੇ ਜੈਂਡਰ ਨਹੀਂ ਪਤਾ ਠੀਕ ਆ ਦੂਜੀ ਗੱਲ ਤੁਸੀਂ ਸਾਡੀ ਖੁਸ਼ੀ ਤੋਂ ਅੰਦਾਜ਼ੇ ਲਾ ਰਹੇ ਹੋ ਕਿ ਸਾਡੇ ਕੀ ਹੋਇਆ ਕੀ ਨਹੀਂ ਹੋਇਆ ਹੈ ਨਾ ਅੱਛਾ ਅਤੇ ਜਦੋਂ ਜਿਹੜੇ ਦਿਨ ਮੈਂ ਪਹਿਲਾਂ ਵਲੌਗ ਪਾਇਆ ਨਾ ਅਤੇ ਜਿੱਦੇ ਮਹਿਕਦੀਪ ਨੇ ਆਪਣੇ ਇਮੋਸ਼ਨਸ ਦੱਸੇ ਸੀ ਤੁਹਾਨੂੰ ਅਤੇ ਉਸ ਦਿਨ ਲਗਾਤਾਰ ਇੱਕ ਬੰਦੇ ਵੱਲੋਂ ਮੇਰੇ ਖਿਆਲ ਦੇ ਵਿੱਚੋਂ ਸਾਡੇ ਨੌਨ 'ਚੋਂ ਹੀ ਹੋਣਗੇ ਫੇਕ ਆਈ ਡੀ ਸੀਗੀ ਇੱਥੇ ਮੈਂ ਉਹਦੀ ਗੱਲ ਤਾਂ ਕਰ ਰਿਹਾ ਮੈਂ ਕੋਈ ਅਹਿਮੀਅਤ ਨਹੀਂ ਦੇ ਰਿਹਾ ਉਹਨਾਂ ਨੇ 5-6 ਕਮੈਂਟ ਕੀਤੇ ਲਗਾਤਾਰ ਤੁਹਾਡੀ ਖੁਸ਼ੀ ਤੋਂ ਪਤਾ ਲੱਗ ਰਿਹਾ ਤੁਹਾਡੇ ਮੁੰਡਾ ਹੋਇਆ ਤੁਸੀਂ ਸੋਚ ਬਦਲੋ ਪਹਿਲੀ ਘਟੀਆ ਸੋਚ ਬੜੀ ਘਟੀਆ ਸੋਚ ਹੈ ਤੁਸੀਂ ਕੁੜੀ ਨੂੰ ਪ੍ਰੈਫਰੈਂਸ ਦਿਓ ਕੁੜੀਆਂ ਸਭ ਤੋਂ ਅੱਗੇ ਉਹ ਯਾਰ ਕੀ ਗੱਲਾਂ ਕਰੀ ਜਾਂਦੇ ਹੋ ਅਸੀਂ ਦੂਸਰਾ ਕਦੋਂ ਇਹੋ ਜਿਹੀਆਂ ਚੀਜ਼ਾਂ ਮੈਂ ਉਸ ਵਲੌਗ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਇਹੋ ਜਿਹੀ ਹੈ ਨਾ ਕਿੱਦਾਂ ਪ੍ਰਵੋਕ ਕਰ ਰਹੇ ਸੀਗੇ ਕਿ ਯਾਰ ਵੀ ਮਤਲਬ ਬੰਦਾ ਮੇਰੇ ਨਾਲ ਝਗੜੇ ਪਏ ਸੀ ਮੈਂ ਕਿਹਾ ਯਾਰ ਖੁਸ਼ੀ ਦਾ ਮਾਹੌਲ ਆ ਆਪਾਂ ਇਹ ਚੀਜ਼ਾਂ ਨਹੀਂ ਕਰਨੀਆਂ ਹੁਣ ਠੀਕ ਹੈ ਆਪਾਂ ਉਹ ਕਮੈਂਟਾਂ ਨੂੰ ਵੀ ਹਾਰਟ ਦੇ ਕੇ ਕਹਿਤਾ ਵੀ ਥੈਂਕ ਯੂ ਭਾਅ ਜੀ ਤੁਹਾਡਾ ਜੀ ਜੋ ਵੀ ਜੋ ਤੁਸੀਂ ਸਾਡੇ ਬਾਰੇ ਸੋਚ ਰਹੇ ਹੋ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਅਤੇ ਹੁਣ ਆਪਾਂ ਫਾਈਨਲੀ ਜੈਂਡਰ ਰਿਵੀਲ ਕਰਨ ਲੱਗੇ ਹਾਂ ਇਹ ਖਾਸ ਕਰਕੇ ਜਿਹੜੇ ਜਿਹੜੇ ਕਮੈਂਟ ਕਰਦੇ ਸੀ ਉਹਨਾਂ ਦੇ ਲਈ ਆ ਕਿ ਸਾਡੀ ਬੇਬੀ ਬੋਏ ਹੋਇਆ ਜਾਂ ਬੇਬੀ ਗਰਲ ਹੋਇਆ ਜਿਨ੍ਹਾਂ ਨੇ ਸਾਡੀ ਖੁਸ਼ੀ ਤੋਂ ਅੰਦਾਜ਼ਾ ਲਾਇਆ ਸੀਗਾ ਕਿ ਇਹਨਾਂ ਦੇ ਖੁਸ਼ੀ ਦੇਖੋ ਯਾਰ ਖੁਸ਼ੀ ਦੇਖੋ ਖੁਸ਼ੀ ਸਾਨੂੰ ਆਪਾਂ ਫਰਕ ਨਹੀਂ ਕਰਦੇ ਮੈਂ ਨਹੀਂ ਕਹਿੰਦਾ ਕਿ ਮੁੰਡੇ ਮਾੜੇ ਹੁੰਦੇ ਮੈਂ ਨਹੀਂ ਕਹਿੰਦਾ ਕਿ ਕੁੜੀਆਂ
ज़्यादा सही होंगे भी, मतलब कुड़ी ज़्यादा वधिया होंगी। बच्चे च फर्क ना करो, कुदरत ने दो मतलब ह्यूमन दे विच जी बनाए है, जां तां मुंडा होना जां तां कुड़ी होनी है ना। इन्हां विच फर्क करना आई थिंक मैनू नहीं लगता कोई रेलेवेंट चीज है, है ना, कि तुसीं बच्चियां दे विच फर्क करो। ਇਹ ਨਹੀਂ ਕਹਿੰਦੇ ਵੀ ਮੁੰਡੇ ਨਾ ਹੋਣ, ਇਹ ਨਹੀਂ ਕਹਿੰਦੇ ਕੁੜੀਆਂ ਨਾ ਹੋਣ, ਬੈਲੈਂਸ ਹੋਣਾ ਚਾਹੀਦਾ। ਵਾਹਿਗੁਰੂ ਹਰ ਇੱਕ ਇਨਸਾਨ ਨੂੰ ਧੀ ਦੀ ਵੀ ਦਾਤ ਬਖਸ਼ੇ ਤੇ ਪੁੱਤ ਦੀ ਦਾਤ ਵੀ ਬਖਸ਼ੇ। ਸੁਪੀਰੀਅਰ ਕੁਛ ਨਹੀਂ ਹੋਣਾ ਚਾਹੀਦਾ, ਬਰਾਬਰ ਹੁੰਦਾ ਕੁਦਰਤ ਦੇ ਵਿੱਚ। ਹਰ ਇੱਕ 84 ਲੱਖ ਜੂਨਾਂ, ਮਹਾਰਾਜ ਕਹਿੰਦੇ 84 ਲੱਖ ਜੂਨਾਂ ਹਰ ਇੱਕ ਜੀਵ ਦੇ ਵਿੱਚ ਮੇਲਸ ਐਂਡ ਫੀਮੇਲਸ ਬਣਾਏ ਆ। ਕਦੇ ਕਦੇ ਜਾਨਵਰ ਦੇਖੇ ਆਪਾਂ ਫਰਕ ਕਰਕੇ ਕਿ ਉਹਨਾਂ ਦੇ ਮੰਨ ਲਓ ਇੱਕ ਮੇਲ ਨੂੰ ਜ਼ਿਆਦਾ ਪ੍ਰਾਇਓਰਟੀ ਨਹੀਂ ਦਿੱਤੀ, ਪਰ ਸਾਡੇ ਸਮਾਜ ਦੇ ਵਿੱਚ ਮੇਲ ਫੀਮੇਲ ਦੇ ਵਿੱਚ ਬਹੁਤ ਹਜੇ ਵੀ, ਅਸੀਂ ਇਹੀ ਗੱਲ ਕਰਨਾ ਚਾਹੁੰਦੇ ਕਿ ਮੇਲ ਫੀਮੇਲ ਦੇ ਵਿੱਚ ਬਹੁਤ ਜ਼ਿਆਦਾ ਹਜੇ ਵੀ ਡਿਫਰੈਂਸ ਕੀਤਾ ਜਾਂਦਾ, ਕਿਉਂਕਿ ਅਸੀਂ ਇਹ ਚੀਜ਼ਾਂ ਨੂੰ ਫੀਲ ਕੀਤਾ ਕਿ ਹਾਂ ਕਿ ਹਜੇ ਕਿਸੇ ਨੂੰ ਜੈਂਡਰ ਨਹੀਂ ਪਤਾ, ਕੁਛ ਨਹੀਂ ਪਤਾ, ਬਟ ਹਜੇ ਵੀ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਮਤਭੇਦ ਹੈਗਾ ਆ। ਅਤੇ ਹੁਣ ਆਪਾਂ ਤੁਹਾਨੂੰ ਫਾਈਨਲੀ ਦੱਸਦੇ ਹਾਂ ਕਿ ਸਾਡੇ ਘਰ ਕੀ ਹੋਇਆ। ਖੁਸ਼ੀਆਂ ਤੋਂ ਬਹੁਤ ਸਾਰਿਆਂ ਨੇ ਅੰਦਾਜ਼ੇ ਲਾਏ ਆ। ਦੇਖੋ ਇੱਦਾਂ ਹੁੰਦਾ ਹੈ ਕਿ ਦੇਖੋ ਜੋ ਮੈਂ ਚਾਹੁੰਦਾ ਸੀ, ਹੈ ਨਾ, ਵੀ ਮਤਲਬ ਇੱਕ ਬੰਦੇ ਨੂੰ ਹੁੰਦਾ ਨਾ ਕਿ ਯਾਰ ਵੀ ਕਿ ਮੇਰੇ ਮਨ ਦੀ ਹੋ ਜਾਵੇ, ਹੈ ਨਾ, ਚਲੋ ਇਨਸਾਨ ਆ, ਇੱਛਾ ਤਾਂ ਸਭ ਦੀਆਂ ਹੁੰਦੀਆਂ ਆ। ਜੋ ਮਹਿਕਦੀਪ ਪਰਸਨਲੀ ਚਾਹੁੰਦੇ ਸੀਗੇ ਕਿ ਹਾਂ ਸਾਡੇ ਘਰ ਜੋਤ ਜੇ ਪਹਿਲਾ ਬੱਚਾ ਹੋਵੇ ਤਾਂ ਇਹੀ ਹੋਣਾ ਚਾਹੀਦਾ ਹੈ, ਕਿਉਂਕਿ ਮੈਂ ਬਹੁਤ ਖੁਸ਼ ਹੋਊਂਗਾ ਜੇ ਇਹ ਬੱਚਾ ਸਾਡੇ ਘਰੇ ਪਹਿਲਾਂ ਹੋਇਆ। ਅਤੇ ਮਹਾਰਾਜ ਨੇ ਸਾਡੀ ਸੁਣੀ ਆ, ਨੇੜੇ ਹੋ ਕੇ ਸੁਣੀ ਆ, ਅਤੇ ਅਸੀਂ ਬਹੁਤ ਜ਼ਿਆਦਾ ਹੈਪੀ ਹਾਂ ਕਿਉਂਕਿ ਸਾਡੇ ਘਰੇ ਆਇਆ ਇੱਕ ਬੇਬੀ ਨਿੱਕੀ ਜੀ ਪਰੀ ਆਈ ਹੈ। ਹਾਂ, ਬੇਬੀ ਗਰਲ ਹੋਈ ਆ ਸਾਡੇ ਘਰੇ, ਅਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਰੱਬ ਨੇ ਪਹਿਲੀ ਜਿਹੜੀ ਦਾਤ ਬਖਸ਼ੀ ਆ ਉਹ ਧੀ ਦੀ ਬਖਸ਼ੀ ਆ। ਔਰ ਦੂਜੇ ਨੰਬਰ 'ਤੇ ਸਾਡੀ ਸਾਰੀ ਫੈਮਿਲੀ ਇੰਨੀ ਖੁਸ਼ ਆ ਨਾ ਕਿ ਜਿਵੇਂ ਆਪਾਂ ਕਹੀਏ ਕਿ ਜਿੰਨੇ ਮਤਲਬ ਮੰਮੀ ਡੈਡੀ ਹੋਰ ਇਧਰੋਂ ਉਧਰੋਂ ਦਾਦਾ ਦਾਦੀ ਨਾਨਾ ਨਾਨੀ ਮਾਮੇ ਭੂਆ ਹੋਣੇ ਸਾਰੇ ਜਾਣੇ ਇੰਨੇ ਜ਼ਿਆਦਾ ਖੁਸ਼ ਆ ਕਿ ਸਾਡੇ ਘਰੇ ਧੀ ਨੇ ਜਨਮ ਲਿਆ। ਇੱਕ ਧੀ ਦਾ ਪਿਓ ਬਣ ਗਿਆ ਕਿ ਮੈਂ ਮੰਨ ਲਓ ਕਿ ਬੰਦਾ ਜਦੋਂ ਧੀ ਦਾ ਪਿਓ ਬਣਦਾ ਨਾ ਸਾਡੇ ਸਮਾਜ ਦੇ ਵਿੱਚ ਤਾਂ ਸਿਆਣੇ ਕਹਿੰਦੇ ਆ ਕਿ ਬੰਦਾ ਜਾਬਤੇ 'ਚ ਰਹਿਣ ਲੱਗ ਜਾਂਦਾ, ਮਤਲਬ ਸਿਆਣਾ ਹੋ ਜਾਂਦਾ, ਠੀਕ ਆ, ਕਿ ਉਹਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਂਦਾ ਕਿ ਹਾਂ ਯਾਰ ਮੇਰੇ ਘਰ ਹੁਣ ਮੈਂ ਇੱਕ ਧੀ ਦਾ ਪਿਓ ਹਾਂ ਕਿ ਮੈਂ ਮੇਰੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ, ਮੈਂ ਕੁਛ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਵੀ ਜੋ ਮੈਂ ਗਲਤ ਕਰਦਾ ਸੀ ਜਾਂ ਮਤਲਬ ਜਿਵੇਂ ਦਾ ਵੀ ਸੀਗਾ ਵੀ ਮੈਂ ਹੁਣ ਉਹ ਨਹੀਂ ਰਹਿਣਾ, ਮੈਂ ਨਵਾਂ ਮਤਲਬ ਮੇਰਾ ਜਿਹੜਾ ਨਵਾਂ ਹੀ ਜਨਮ ਹੋ ਗਿਆ ਮੈਂ ਵੀ ਹੁਣ ਆਪਣੇ ਆਪ 'ਚ ਸੁਧਾਰ ਲਿਆਉਣਾ ਆ ਅਤੇ ਚੰਗੀਆਂ ਆਦਤਾਂ ਕਿ ਮੇਰੀ ਧੀ ਮੇਰੇ ਨਾਲ ਬੈਠੀ ਇਹ ਨਾ ਫੀਲ ਕਰੇ ਕਿ ਮੇਰਾ ਪਿਓ ਇੱਦਾਂ ਦਾ ਆ ਜਾਂ ਇੱਦਾਂ ਦਾ, ਕਿ ਉਹਨੂੰ ਇਹ ਲੱਗੇ ਉਹਨੂੰ ਮਾਣ ਮਹਿਸੂਸ ਹੋਵੇ। ਅਤੇ ਮੈਂ ਤਾਂ ਯਾਰ ਬਹੁਤ ਜ਼ਿਆਦਾ ਖੁਸ਼ ਹਾਂ, ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਦੇਖ ਚੁੱਕੇ ਹੋ ਨਾ, ਉੱਥੋਂ ਬਹੁਤ ਜਿਹੜੇ ਅੰਦਾਜ਼ਾ ਲਾਇਆ ਕਿ ਤੁਸੀਂ ਇੰਨੇ ਜ਼ਿਆਦਾ ਖੁਸ਼ ਆ, ਸਾਡੇ ਮੁੰਡਾ ਹੋਇਆ ਆ ਘਰੇ, ਪਰ ਸਾਡੇ ਘਰੇ ਹੋਈ ਆ ਬੇਬੀ ਗਰਲ। ਬਹੁਤ ਜ਼ਿਆਦਾ ਖੁਸ਼ ਆ ਜਿੱਦੇ ਬੇਬੀ ਗਰਲ ਹੋਈ ਆ, ਅਤੇ ਮਹਿਕਦੀਪ ਇੰਨਾ ਕੁ ਜ਼ਿਆਦਾ ਇਮੋਸ਼ਨਲ ਹੋਏ ਆ ਕਿ ਜੋ ਮੈਂ ਚਾਹੁੰਦਾ ਸੀ ਫਾਈਨਲੀ ਮੈਨੂੰ ਮਿਲ ਗਿਆ। ਅਤੇ ਵਾਹਿਗੁਰੂ, ਹਾਂਜੀ ਓਕੇ, ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੇਬੀ ਹੈਲਥੀ ਆ, ਤੰਦਰੁਸਤ ਆ, ਬਹੁਤ ਜ਼ਿਆਦਾ ਕਿਊਟ ਆ, ਅਤੇ ਜਲਦੀ ਤੁਹਾਨੂੰ ਉਹਦਾ ਫੇਸ ਵੀ ਦਿਖਾਵਾਂਗੇ। ਹੁਣ ਜਿਹੜਾ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਹਾਂ, ਕਿਉਂਕਿ ਸਾਡੀ ਰਾਜਕੁਮਾਰੀ ਉੱਠ ਗਈ ਆ, ਠੀਕ ਹੈ, ਅਤੇ ਉਹਨੂੰ ਭੁੱਖ ਲੱਗੀ ਹੈ ਅਤੇ ਜੋਤ ਨੂੰ ਦੁੱਧ ਪਿਆਉਣ ਲੱਗੇ ਆ। ਅਤੇ ਆਪਾਂ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਟਰਾਈ ਕਰਾਂਗੇ, ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਇੱਦਾਂ ਦੇ ਕੰਮ ਕਰੀਏ, ਠੀਕ ਹੈ, ਕਿ ਜਿਹੜਾ ਸਾਡੇ ਸੋਚਦੇ ਨਹੀਂ ਮੈਂ ਕਿਸੇ ਦੀ ਬਦਲ ਸਕਦਾ, ਬਟ ਉਹ ਜੋ ਮੈਂ ਕਰ ਸਕਦਾ ਉਹ ਜ਼ਰੂਰ ਕਰੂੰਗਾ ਕਿ ਹਾਂ ਸਮਾਜ ਦੇ ਵਿੱਚ ਇੱਦਾਂ ਲੱਗੇ ਕਿ ਹਾਂ ਯਾਰ ਧੀਆਂ ਬੋਝ ਨਹੀਂ ਹੁੰਦੀਆਂ, ਠੀਕ ਹੈ। ਸਾਨੂੰ ਸਪੈਸ਼ਲੀ ਡਾਕਟਰ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਹੋ, ਸੋਸ਼ਲ ਮੀਡੀਆ ਦੇ ਉੱਪਰ ਕੁਛ ਮੈਸੇਜ ਜ਼ਰੂਰ ਦੇਣਾ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਡੀ ਕੋਸ਼ਿਸ਼ ਰਹੂਗੀ ਕਿ ਕਿਸੇ ਵੀ ਤਰੀਕੇ ਨਾਲ ਜਿਸ ਤਰੀਕੇ ਨਾਲ ਅਸੀਂ ਮੈਸੇਜ ਦੇ ਸਕੀਏ ਸਮਾਜ ਨੂੰ। ਅਤੇ ਬਾਕੀ ਬਹੁਤ ਬਹੁਤ ਥੈਂਕ ਯੂ। ਸੋ ਸਾਡੇ ਘਰ ਦੇ ਤਾਂ ਬਈ ਭਾਗ ਆ ਜਿਹੜੇ ਆ ਉਹ ਮਤਲਬ ਖੁੱਲ੍ਹ ਗਏ ਆ, ਅਤੇ ਬਾਕੀ ਸਭ ਦੇ ਘਰ ਆਪਾਂ ਕਹਿੰਦੇ ਹਾਂ ਕਿ ਬਹੁਤ ਸਾਰੇ ਕਮੈਂਟ ਵੀ ਆਉਂਦੇ ਆ ਕਿ ਸਾਡੇ ਵਿੱਚ ਵਾਕ ਨਿਆਣਾ ਹੋਣ ਵਾਲਾ, ਅਤੇ ਆਪਾਂ ਇਹੀ ਅਰਦਾਸ ਕਰਦੇ ਹਾਂ ਸਾਰਿਆਂ ਲਈ ਕਿ ਸੁੱਖ ਸ਼ਾਂਤੀ ਦੇ ਨਾਲ ਸਾਡੇ ਘਰ ਵੀ ਜੋ ਵੀ ਮਹਾਰਾਜ ਨੇ ਦੇਣਾ, ਠੀਕ ਹੈ,
ਬਹੁਤ ਸੋਹਣੀ ਜੀ ਦਾਤ ਦੇਵੇ। ਅਤੇ ਕਿਉਂਕਿ ਇੱਦਾਂ ਹੁੰਦਾ ਆ ਕਿ ਆਪਾਂ ਹੈ ਨਾ ਮਨ ਖੁਸ਼ ਕਰਨ ਲਈ ਆਪਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ, ਜੋ ਮਹਾਰਾਜ ਨੇ ਦੇਣਾ ਉਹੀ ਦੇਣਾ ਹੈ। ਅਤੇ ਮਹਾਰਾਜ ਸਾਨੂੰ ਸੋਹਣੀ ਜੀ ਦਾਤ ਬਖਸ਼ਣ, ਚਾਹੇ ਪੁੱਤਰ ਦੀ ਹੋਵੇ ਚਾਹੇ ਧੀ ਦੀ ਹੋਵੇ, ਅਤੇ ਬਸ ਫਰਕ ਨਾ ਕਰਿਓ। ਮੈਂ ਇਹੀ ਅਪੀਲ ਕਰਦਾ, ਭਾਵੇਂ ਦੀ ਮੁੰਡਾ ਜੰਮੇ ਭਾਵੇਂ ਦੀ ਕੁੜੀ ਜੰਮੇ, ਮੁੰਡਾ ਜੰਮੇ 'ਤੇ ਹੰਕਾਰ ਨਾ ਕਰੋ ਅਤੇ ਧੀ ਜੰਮੇ 'ਤੇ ਕਰੇ ਰੋਵੋ ਨਾ। ਮੈਂ ਇਹ ਕਹਿਣਾ ਵੀ ਬਸ ਸਿਰਾ ਲਓ ਯਾਰ, ਵੀ ਬਸ ਸਾਡੇ ਘਰ ਜਵਾਕ ਹੋਇਆ, ਖੁਸ਼ੀਆਂ ਮਨਾਓ। ਜਿੰਨੀਆਂ ਮੁੰਡੇ ਦੀਆਂ ਖੁਸ਼ੀਆਂ ਅਤੇ ਉਨੀਆਂ ਧੀ ਦੀਆਂ ਵੀ ਖੁਸ਼ੀਆਂ ਹੋਣੀਆਂ ਚਾਹੀਦੀਆਂ। ਬਾਕੀ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ, ਤਕਲੀਫ ਸਤਿ ਸ਼੍ਰੀ ਅਕਾਲ।